ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਸਵਾਗਤ ਹੈ ਚੈਨਲ ਵਿੱਚ ਅੱਜ ਆਪਾਂ ਕਰਨ ਜਾ ਰਹੇ ਹਾਂ ਜਮਾਤ 9ਵੀਂ ਪੰਜਾਬ ਬੋਰਡ ਤੇ CBSE ਬੋਰਡ ਦਾ ਜਿਹੜਾ ਤੁਹਾਡਾ ਪਾਠ ਹੈ ਸੰਜੀ ਕੰਧ ਕਹਾਣੀ ਉਸਦੇ ਲੌਂਗ ਕੁਐਸਚਨ ਆਨਸਰ ਜਿਹੜੇ ਨੇ ਉਹ ਕਰਨ ਜਾ ਰਹੇ ਆਂ ਆਪਾਂ ਤੇ ਆਓ ਸ਼ੁਰੂ ਕਰਦੇ ਹਾਂ ਇਹ ਉਹੀ ਕੁਐਸਚਨ ਆਨਸਰ ਹੈ ਜੋ ਤੁਹਾਡੀ ਟੈਕਸਟ ਬੁੱਕ ਹੈ ਜਿਹੜੀ ਰੀਡਰ ਬੁੱਕ ਹੈ ਉਹਦੇ ਵਿੱਚ ਮਤਲਬ ਦਿੱਤੇ ਗਏ ਹਨ ਤੇ ਆਓ ਸ਼ੁਰੂ ਕਰਦੇ ਹਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ ਤੇ ਆਓ ਸ਼ੁਰੂ ਕਰਨ ਲੱਗੇ ਆਪਾਂ ਹੁਣ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਦਰਬਾਰਾ ਸਿੰਘ ਨੂੰ ਕਪੂਰ ਸਿੰਘ ਨਾਲ ਕੰਧ ਸਾਂਝੀ ਕਰਨ ਦੀ ਲੋੜ ਕਿਉਂ ਨਹੀਂ ਸੀ ਤੇ ਇਸ ਦਾ ਉੱਤਰ ਹੈ ਦਰਬਾਰਾ ਸਿੰਘ ਕਪੂਰ ਸਿੰਘ ਦੇ ਘਰ ਨਾਲ ਦੀ ਸਾਂਝੀ ਕੰਧ ਕਰਨ ਦੀ ਲੋੜ ਇਸ ਕਰਕੇ ਮਹਿਸੂਸ ਨਹੀਂ ਸੀ ਕਰ ਰਿਹਾ ਕਿਉਂਕਿ ਉਸਦੇ ਕੋਲ ਦੋ ਘਰ ਸਨ ਤੇ ਇਸ ਪੁਰਾਣੇ ਕੋਠੀ ਵਿੱਚ ਉਸ ਦਾ ਨਿਕ ਸੁੱਖ ਅਤੇ ਡੰਗਰਵੱਛਾ ਹੁੰਦਾ ਸੀ ਤੇ ਇਸ ਤੋਂ ਅਗਲੇ ਘਰ ਵਿੱਚ ਉਹ ਰਹਿੰਦਾ ਸੀ ਜਿਸ ਦੀ ਹਾਲਤ ਬਹੁਤ ਵਧੀਆ ਸੀ ਮਤਲਬ ਠੀਕ ਸੀ ਅਗਲਾ ਪ੍ਰਸ਼ਨ ਹੈ ਸਰਪੰਚ ਦੇ ਖੰਗੂਰੇ ਦਾ ਦਰਬਾਰੇ ਉੱਤੇ ਕੀ ਅਸਰ ਹੋਇਆ ਤੇ ਇਸ ਦਾ ਉੱਤਰ ਹੈ ਜਦੋਂ ਕਪੂਰ ਸਿੰਘ ਨੇ ਸਾਂਜੀ ਕੰਦ ਦੀ ਉਸਾਰੀ ਲਈ ਥੋੜਾ ਹਿੱਸਾ ਵੰਡਾਉਣ ਲਈ ਦਰਬਾਰੇ ਨੂੰ ਕਿਹਾ ਤਾਂ ਉਸ ਦਾ ਹਾਂ ਕਰਨ ਨੂੰ ਜੀ ਵੀ ਕੀਤਾ ਪਰ ਸਰਪੰਚ ਦੇ ਖੰਗੂਰਾ ਮਾਰਨ ਨਾਲ ਦਰਬਾਰਾ ਉਸ ਦੀ ਰਮਜ਼ ਨੂੰ ਸਮਝਦਾ ਹੋਇਆ ਫਿਰ ਆਕੜ ਬੈਠਾ ਅੱਗੇ ਹੈ ਦਰਬਾਰਾ ਸਿੰਘ ਚਾਹੁੰਦਾ ਹੋਇਆ ਵੀ ਕਪੂਰ ਸਿੰਘ ਦੀ ਸਾਂਝੀ ਕੰਦ ਬਣਾਉਣ ਵਿੱਚ ਮਦਦ ਨਹੀਂ ਸੀ ਕਰ ਰਿਹਾ ਕਿਉਂ ਇਸ ਦਾ ਉੱਤਰ ਹੈ ਦਰਬਾਰਾ ਸਿੰਘ ਦੀ ਧੰਮਾ ਸਿੰਘ ਸਰਪੰਚ ਨਾਲ ਵਧੇਰੇ ਉਠਣੀ ਬੈਠਣੀ ਸੀ ਤੇ ਉਹ ਦਰਬਾਰਾ ਸਿੰਘ ਨੂੰ ਕਪੂਰ ਸਿੰਘ ਦੇ ਖਿਲਾਫ ੜਕਾਉਣਾ ੜਕਾਉਂਦਾ ਰਿਹਾ ਇਸ ਲਈ ਦਰਬਾਰਾ ਸਿੰਘ ਕਪੂਰ ਸਿੰਘ ਦੀ ਸਾਂਝੀ ਕੰਦ ਬਣਾਉਣ ਵਿੱਚ ਮਦਦ ਨਹੀਂ ਸੀ ਕਰ ਰਿਹਾ। ਅਗਲਾ ਪ੍ਰਸ਼ਨ ਹੈ ਕਪੂਰ ਸਿੰਘ ਨੂੰ ਕਿਹੜੀ ਗੱਲ ਦਾ ਡਰ ਸੀ ਜਿਸ ਕਰਕੇ ਉਹ ਦਰਬਾਰਾ ਸਿੰਘ ਪ੍ਰਤੀ ਨਰਮਾਈ ਵਰਤ ਰਿਹਾ ਸੀ? ਉੱਤਰ ਹੈ ਕਪੂਰ ਸਿੰਘ ਨੂੰ ਜਿਸ ਗੱਲ ਦਾ ਡਰ ਸੀ ਉਹੀ ਹੋ ਗਈ ਸੀ। ਦੋਹਾਂ ਧਿਰਾਂ ਵਿੱਚ ਬੋਲਚਾਲ ਉੱਕਾ ਹੀ ਬੰਦ ਹੋ ਗਈ। ਪੁਸ਼ਤਾਂ ਲਈ ਵੈਰ ਖੜਾ ਹੋ ਗਿਆ ਸੀ। 1 ਸਾਲ ਬੀਤਣ ਦੇ ਬਾਵਜੂਦ ਵੀ ਕਪੂਰ ਸਿੰਘ ਦਰਬਾਰੇ ਕੋਲ ਪੈਸੇ ਮੰਗ ਕੇ ਦੁਬਾਰਾ ਕੋਈ ਛੇੜ ਨਹੀਂ ਛੇੜਨਾ ਚਾਹੁੰਦਾ ਪੈਸੇ ਦੇਣ ਲਈ ਸਾਰੇ ਪਿੰਡ ਦੇ ਸਾਹਮਣੇ ਲਿਖਤ ਹੋਈ ਸੀ ਜਿਸ ਕਰਕੇ ਉਹ ਮੁੱਕਰ ਨਹੀਂ ਸੀ ਸਕਦਾ ਅੱਗੇ ਹੈ ਸਭ ਦੂਰ ਹੋ ਜੂ ਚੁਗਾਠ ਬਚ ਰਹੇ ਵaan ਬਥੇਰਾ ਇਹ ਸ਼ਬਦ ਕਪੂਰ ਸਿੰਘ ਨੇ ਕਿਉਂ ਅਤੇ ਕਿਸ ਨੂੰ ਕਹੇ ਇਸ ਦਾ ਉੱਤਰ ਹੈ ਇਹ ਸ਼ਬਦ ਕਪੂਰ ਸਿੰਘ ਨੇ ਦਰਬਾਰੇ ਨੂੰ ਉਸ ਵਕਤ ਕਹੇ ਜਦੋਂ ਉਹ ਦਰਬਾਰੇ ਦੇ ਘਰ ਉਸ ਦੇ ਬਿਮਾਰ ਹੋਣ ਦੀ ਖਬਰ ਲੈਣ ਜਾਂਦਾ ਹੈ ਅਤੇ ਉਸ ਨੂੰ ਬਿਮਾਰ ਦੇਖ ਕੇ ਹੌਸਲਾ ਦਿੰਦਿਆਂ ਹੋਇਆ ਕਹਿੰਦਾ ਹੈ ਕਿ ਉਹ ਜਲਦੀ ਠੀਕ ਹੋ ਜਾਵੇ ਤੇ ਕਿਸੇ ਚੀਜ਼ ਦੀ ਹੋਰ ਕੋਈ ਘਾਟ ਨਹੀਂ ਹੈ। ਅੱਗੇ ਹੈ ਕਹਾਣੀ ਦੇ ਅੰਤ ਵਿੱਚ ਕਪੂਰ ਸਿੰਘ ਆਪਣੇ ਬਿਮਾਰ ਭਰਾ ਦਰਬਾਰੇ ਨੂੰ ਕਿਵੇਂ ਹੌਸਲਾ ਦਿੰਦਾ ਹੈ? ਉੱਤਰ ਹੈ ਕਹਾਣੀ ਦੇ ਅੰਤ ਵਿੱਚ ਕਪੂਰ ਸਿੰਘ ਆਪਣੇ ਬਿਮਾਰ ਭੇਪਰਾ ਦਰਬਾਰੇ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਉਹ ਬਿਤਿਆ ਗੱਲਾਂ ਨੂੰ ਮਨੋਂ ਭੁਲਾ ਦੇਵੇ। ਜਿੱਥੇ ਦੋ ਭਾਂਡੇ ਹੋਣ ਉਹ ਖੜਕਦੇ ਹੀ ਹਨ। ਦਰਬਾਰੇ ਦੁਆਰਾ ਆਪਣੀ ਧੀ ਬੰਸੋ ਦੇ ਵਿਆਹ ਤੇ ਆਉਣ ਬਾਰੇ ਪੁੱਛਣ ਦੇ ਕਪੂਰ ਸਿੰਘ ਕਹਿੰਦਾ ਹੈ ਕਿ ਉਹ ਉਸ ਤੋਂ ਅਲੱਗ ਥੋੜੀ ਹੈ। ਅਤੇ ਉਸ ਨੂੰ ਹੌਸਲਾ ਦਿੰਦਾ ਹੈ। ਸਾਂਜੀ ਕੰਦ ਕਹਾਣੀ ਵਿੱਚ ਕਹਾਣੀਕਾਰ ਕੀ ਸੁਨੇਹਾ ਦੇਣਾ ਚਾਹੁੰਦਾ ਹੈ? ਇਸ ਦਾ ਉੱਤਰ ਹੈ ਕਹਾਣੀ ਸਾਂਜੀ ਕੰਦ ਵਿੱਚ ਕਹਾਣੀਕਾਰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਸਾਨੂੰ ਦੂਸਰਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਭਰਾ ਨੂੰ ਭਰਾ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ। ਤੇ ਬੱਚਿਓ ਇਹ ਸੀ ਆਪਣੇ ਪ੍ਰਸ਼ਨ ਉੱਤਰ ਕਹਾਣੀ ਸਾਂਜੀ ਕੰਦ ਦੇ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ